ਜੇ ਤੂੰ ਕਲਮਾ ਪੜਦਾ ਹੈ ਤਾਂ ਰੱਬ ਦਾ ਵਾਸਤਾ ਦਸਾ, ਕਮੀਆਂ ਕਿਉਂ ਹੈ ਮਾਰਿਆ ਬਤੂਲ। ਲੱਖ ਵਾਰੀ ਅੱਖਾਂ ਜੇ ਤੂੰ ਕਲਮਾ ਪੜਦਾ ਹੈ ਤਾਂ ਰੱਬ ਕਿਆ ਬਾਤ ਹੈ ਯਾਰ। ਮੈਂ ਪਿਆਰ ਦਾ ਕਾਇਨਾਤ ਦੀ ਕੁੱਲ ਹਮ ਉਹ ਗੁਰਬਤ ਹੈ ਜਿਹੜਾ ਰੱਬ ਦਾ ਪਾਕ ਰਸੂਲ ਹੈ, ਵੱਧ ਇਸ ਤੋਂ ਗੁਰਬਤ ਕਿਆ ਹੋ ਸੀ ਦੋ ਪੱਥਰਾਂ ਹੇਠ ਬਤੂਲ। ਖੈਰ ਬੈਠਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ, ਵੱਧ ਇਸ ਤੋਂ ਗੁਰਬਤ ਕਿਆ ਹੋ ਸੀ ਦੋ ਪੱਥਰ ਬਾਬਾ ਜੀ। ਕੁਝ ਬੰਦੇ ਸਈਦ ਰੋ ਸਕੇ ਭਾਈ ਜਾਨ, ਕੁਝ ਬੰਦੇ ਹਾਏ ਕਰ ਸਕੇ, ਕੋਈ ਸੋਚ 'ਚ ਬਹਿ ਕੇ ਮੈਂ ਤੁਹਾਡੇ ਹੁਕਮ ਦੀ ਤਮੀਲ 'ਚ ਪੜ ਰਿਹਾ। ਮੇਰੇ ਭਾਈ ਦਾ ਹੁਕਮ ਹੈ ਵੈਣ ਤੱਕ ਸੁਣਾਉਣਾ ਹੈ ਅਗਰ ਸਾਥ ਦੇ ਹੋ ਤੇ। ਜਿਹੜੇ ਬੰਦੇ ਨਹੀਂ ਰੋ ਸਕੇ, ਮੈਂ ਪਿਆਦਾ ਮੈਂ ਪੁੱਛਦਾ ਹਾਂ ਇਹਨਾਂ ਲੋਕਾਂ ਤੋਂ, ਕਿਉਂ 40 ਕਬਰ ਬਣਾਈ ਗਈ? ਤਾਦਾਦ ਪਈ ਦੱਸਦੀ ਏ ਕਬਰਾਂ ਦੀ, ਦਹਰਾ ਦੀ ਮਈਆਤ ਲੁਕਾਈ। ਅੱਲਾ ਤੁਹਾਡੀ ਹਾਏ ਕਬੂਲ ਫਰਮਾਵੇ। ਠਹਿਰ ਬਈ ਠਹਿਰ ਬਈ ਬਾਬਾ ਬਾਬਾ ਨੌਕਰ ਬਾਬਾ ਨੌਕਰ। ਤਾਦਾਦ ਪਈ ਦੱਸਦੀ ਏ ਕਬਰਾਂ ਦੀ, ਵੋ ਦਹਰਾ ਦੀ ਕਿਆ ਬਾਤ ਹੈ ਯਾਰ। ਬਿਸਮਿਲਾ ਵੀਰ ਬਿਸਮਿਲਾ। ਪਿਛਲੇ ਗਰੀਬ ਤੋਂ ਗਰੀਬ ਪਿਓ ਹੋਵੇ, ਗਰੀਬ ਤੋਂ ਗਰੀਬ, ਉਹਨੇ ਇੱਕ ਵਾਰੀ ਵੱਖਰਿਆਂ ਕਰਕੇ ਪੁੱਛੇ, ਧੀ ਜੋ ਟੁਰ ਗਈ ਆਈ, ਧੀ ਦੀ ਕਬਰ ਕਿੱਥੇ? ਗਰੀਬ ਪਿਓ ਵੀ ਨਹੀਂ ਭੁੱਲਦਾ, ਨਹੀਂ ਭੁੱਲਦਾ ਧੀ ਦੀ ਕਬਰ। 40 ਕਬਰਾਂ ਬਣਾ ਕੇ ਜੁਮਲਾ ਆਖਣ ਲਗਾ, ਮੇਰਾ ਆਦਾ ਜੁਮਲਾ ਤੇ ਚਲੋ ਜੁਮਲੇ ਦੀ ਤਾਈਦ ਕਰਾਂ। 40 ਕਬਰਾਂ ਬਣਾਈਆਂ, ਦੂਆ ਦੇ ਸ਼ੀਆ ਰੋਂਦੇ ਨੇ, ਮੈਂ ਆਦਾ ਸ਼ੀਆ ਮਰ ਕਿਉਂ ਨਹੀਂ ਵੇਂਦੇ? ਆ ਤੈਨੂੰ ਜਵਾਬ ਦੇਵਾਂ, ਰੋਂਦੇ ਕਿਉਂ ਆ? ਦੁਨੀਆ 'ਚ ਪਹਿਲੀ ਕਬਰ ਹੈ ਜਿੱਥੇ ਪਹਿਰੇਦਾਰ ਖੜੇ ਹੋਏ, ਜੋ ਇਸ ਕਬਰ ਨੂੰ ਕੋਈ ਵੇਖੇ ਨਾ। ਦੁਨੀਆ 'ਚ ਪਹਿਲੀ ਕਬਰ ਹੈ ਮੁਹੰਮਦ ਦੀ ਦੀ, ਜਿਹਨੂੰ ਹੱਥ ਲਾਵਣ ਤੇ ਮਾਰੇਂਦੇ। ਜੀ ਕਰਾਂ ਜੀ ਕਰਾਂ ਜੀ ਕਰਾਂ ਜੀ ਕਰਾਂ, ਸਦਕੇ ਜਾਵਾਂ। ਜੇ ਤੂੰ ਕਲਮਾ ਪੜਦਾ ਹੈ ਤਾਂ ਮੈਂ ਫਿਰ ਪੜ੍ਹਦਾ, ਜੇ ਤੂੰ ਕਲਮਾ ਪੜ੍ਹਦਾ ਹੈ ਤਾਂ। ਥੋੜਾ ਜਿਹਾ ਮੈਨੂੰ ਜਵਾਬ ਦੇਣਾ, ਥੋੜਾ ਜਿਹਾ ਥੋੜਾ ਜਿਹਾ। 28 ਸਫ਼ਰ ਬਾਬਾ ਨਬੀ ਦੁਨੀਆ ਤੋਂ ਗਏ, 28 ਸਫ਼ਰ ਨਬੀ ਦੁਨੀਆ ਤੋਂ ਗਏ, 29 ਸਫ਼ਰ, 30 ਸਫ਼ਰ ਯਕਮ ਰਬੀ ਅਲਵਲ, ਤ੍ਰੈ ਦਿਹਾੜੇ ਨਬੀ ਦਾ ਜਨਾਜ਼ਾ ਪਿਆਰੀਆ। ਮੈਨੂੰ ਵੇਖਣਾ ਭਾਈ, ਤ੍ਰੈ ਦਿਹਾੜੇ ਨਬੀ ਦਾ ਜਨਾਜ਼ਾ ਪਿਆਰੀਆ, ਮੁਹੰਮਦ ਦੀ ਧੀ ਇੰਤਜ਼ਾਰ ਕਰਦੀ ਰਹੀਏ, ਕੋਈ ਆਵੇ ਜਿਹੜਾ ਆਖਿਆ ਕਿ ਬਤੂਲ ਤੇਰੇ ਬਾਬੇ ਦੇ ਵੱਡੇ ਅਰਮਾਨ। ਪਹਾੜ ਦਾ ਗੈਰਤਮੰਦ ਦਾਦਾਰ ਤੂੰ ਨਹੀਂ ਰੋ ਸਕਿਆ ਤੇ ਮੈਂ ਲਵਦੇਂਜ ਕਰਕੇ ਆਖਾਂ, ਅਜੇ ਕਫਲ ਰਸੂਲ ਨਹੀਂ ਮੈਲਾ ਹੋਇਆ ਤੇ ਅੱਗ ਲਾਈ ਨੇ ਦਰ ਜ਼ਹਰਾ ਤੇ, ਉਹ ਜਿੱਥੇ ਆਣ ਰਸੂਲ ਆਈ ਰੁਕਵੈਂਦਾ, ਉੱਥੋਂ ਉੱਠੇ ਨੇ ਛੋਲੇ। ਜੀ ਬਾਬਾ ਜੀ ਬਾਬਾ ਜੀ ਬਾਬਾ, ਮੈਂ ਸਦਕੇ ਜਾਵਾਂ ਮੈਂ ਸਦਕੇ ਜਾਵਾਂ। ਅਜੇ ਔਖੇ ਦੁੱਖ ਸ਼ੁਰੂ ਨਹੀਂ ਕੀਤੇ, ਹੌਸਲੇ ਹੌਸਲੇ ਨਾਲ 17 ਮੈਂ ਆਖਣਾ ਚਾਹੁੰਦਾ, ਸਾਲ ਦੀ ਮਿਹਨਤ ਮੇਰੇ ਭਾਈਆਂ ਦੀ
ਦੂਰ ਦੂਰ ਤੋਂ ਆਏ ਹੋ, ਅਗਲੇ ਸਾਲ ਪੰਜੀ ਰਜਬ ਜਿਸ ਹੋਣਾ ਹੈ ਉਸ ਰੋਣਾ ਹੈ। ਕਿਸਮਤ ਦੀ ਬਾਤ ਹੈ, ਕਈ ਐਸੇ ਲੋਕ ਨੇ ਪਿਛਲੇ ਸਾਲ ਹਨ ਹੁਣ ਕੋਈ ਨਹੀਂ, ਇਹ ਮੁਕੱਦਰ ਦੀ ਬਾਤ ਹੈ, ਇਹ ਬਾਦਸ਼ਾਹ ਜਾਣਦੇ ਨੇ। ਪਤਾ ਨਹੀਂ ਤੇਰੀ ਜਾਂ ਮੇਰੀ ਆਖਰੀ ਹੋਵੇ। ਪਹਿਲਾ ਜੁਮਲਾ ਆਖਣ ਲੱਗਾ, ਦੁਆ ਮੰਗਦਾ ਪੀਆ ਅੱਲਾ ਅਸ਼ਾਲਾ ਕਿਸੇ ਦੀ ਧੀ ਨੂੰ ਨਾ ਦਾ ਨੌਕਰ ਨਾ ਮਾਰੇ। ਮੈਂ ਸਦਕੇ ਜਾਵਾਂ, ਅੱਲਾ ਅਸ਼ਾਲਾ ਕਿਸੇ ਦੀ ਧੀ ਦੇ ਮਾਣ ਨਾ ਮੁੱਕਣ, ਮੇਰਾ ਅੱਲਾ ਅਸ਼ਾਲਾ ਕਿਸੇ ਦੀ ਧੀ ਇਕੱਲੀ ਨਾ ਹੋਵੇ। ਹਾਏ ਕਰ ਲਿਆ, ਹਾਏ ਵਾਸੇ ਚ ਪਹਿਲਾ ਜੁਮਲਾ ਮੁਸਾਹਿਬ ਦਾ, ਹੁਣ ਪਿਆ ਦਾ ਬੀਬੀ ਦੀ ਆਲੀ ਅਰਮਾਨੇ ਮੈਨੂੰ ਪੁੱਤਰਾਂ ਦੇ ਸਾਹਮਣੇ ਮਾਰਿਆ, ਤੂੰ ਮਾਤਮੀ ਹੈ ਮੈਂ ਤੇਰਾ ਨੌਕਰ ਹਾਂ, ਮੇਰਾ ਦਿਲ ਹੈ ਮੈਂ ਲਫ਼ਜ਼ਾ ਖਾ, ਮੇਰਾ ਫਿਰਾ ਨਾ ਦਾ ਮੈਂ ਜੁਮਲਾ ਨਾ ਦਾ, ਯਾ ਤੇ ਮਜਲਿਸ ਚ ਆਇਆ ਨਾ ਕਰ ਜੇ ਆਵੇਂ ਤੇ। ਹਾਏ ਕਰ ਲਈਆ ਬੀਬੀ ਦੀ ਆਲੀ, ਇੱਕ ਅਰਮਾਨ ਹੈ ਜਿਹੜਾ ਮਾਸ਼ਰ ਤਾਂ ਹੀ ਨਹੀਂ ਭੁੱਲਣਾ। ਅਲੀ ਫਰਮਾਇਆ ਕਿਹੜਾ ਅਰਮਾਨ ਬੀਬੀ ਦੀ, ਜਦੋਂ ਮਰੇ ਦੇ ਪਏ ਆਣ ਦਰਬਾਰ ਚ ਹੁਸੈਨ ਮੇਰੇ ਪਿੱਛੋਂ ਲੁਕਦਾ ਖੜਾ, ਮੈਨੂੰ ਆਦੇ ਅੰਮਾ ਮਰੇ ਦੇ ਕਿਉਂ ਹੈ, ਮੈਂ ਆਖਾਂ ਮੇਰਾ ਲਾਲ ਮੇਰੇ ਪੇਕੇ ਜੋ ਮੁੱਕ ਗਏ। ਕੁਰਲਾਲ ਹੈ, ਕੁਰਲਾਲ ਹੈ, ਜ਼ਿੰਦਗੀ ਦਾ ਨਹੀਂ ਪਤਾ। ਮੈਨੂੰ ਆਦੇ ਅੰਮਾ ਮਰੇ ਦੇ ਕਿਉਂ, ਮੈਂ ਆਖਾਂ ਮੇਰਾ ਲਾਲ ਮੇਰੇ ਪੇਕੇ ਜੋ ਮੁੱਕ ਗਏ, ਮੈਂ ਕਿਹਾ ਮੇਰਾ ਲਾਲ ਮੇਰਾ ਕੋਈ ਫਿਰਾ ਹੋਵੇ ਆ, ਮੈਨੂੰ ਕੋਈ ਨਾ ਮਾਰੇ ਆ। ਹਰ ਅੱਖ ਵਸ ਪਈ ਪੀਰ ਦਸ਼ਾ ਜੀ। ਬਜ਼ੁਰਗੋ ਮੈਂ ਇੱਕ ਸਤਰ ਤੁਹਾਡੇ ਤੋਂ ਇਜਾਜ਼ਤ ਮੰਗ ਕੇ ਪੜ੍ਹਦਾ, ਇੱਕ ਸਤਰ ਹੈ ਜਿਹਨੂੰ ਆਪਣੇ ਆਪ 'ਤੇ ਰੋਣ ਵਾਸਤੇ ਕੁਝ ਗੱਲਾਂ ਆਉਂਦੀਆਂ ਨਾ ਜੀ। ਜ਼ਾਕਿਰ ਮਿੰਬਰ 'ਤੇ ਅਗਰ ਰੋਵੇ ਤਾਂ ਪੜ੍ਹ ਨਹੀਂ ਸਕਦਾ, ਪੜ੍ਹੇ ਤਾਂ ਰੋ ਨਹੀਂ ਸਕਦਾ। ਮੈਂ ਇੱਕ ਸਤਰ ਆਖਣ ਲੱਗਾ, ਸ਼ਾਇਦ ਤੇਰੀ ਜ਼ਿੰਦਗੀ ਦਾ ਰੋਣ ਬਣ ਜਾਏ ਅਗਰ ਤੂੰ ਮਾਂ ਦੀ ਗੋਦ ਚੁਸ਼ੀ ਆਇਆ। ਬੀਬੀ ਅਦੀ ਆਲੀ ਅਰਮਾਨ ਏ ਮੈਨੂੰ ਨਾ ਲੋਗ ਮਾਰਿਆ ਜਿਹੜੇ ਮੇਰੀ ਮਾਂ ਦੇ ਮਕਰੂਜ਼ ਹਨ। ਸ਼ਾਬਾਸ਼ ਬੀਬੀ ਅਦੀ ਆਲੀ, ਜਿਹਨਾਂ ਮੇਰੀ ਮਾਂ ਤੋਂ ਗਰਦੇ ਮਾਫ਼ ਕਰੇ ਉਹਨਾਂ ਲੋਕਾਂ ਮੈਨੂੰ ਚਿੱਟੇ ਦਿਨ ਮਾਰਿਆ। ਹਾਏ, ਬੜੀ ਰੂਹਾਨੀਅਤ ਵਾਲੀ ਮਜਲਿਸ ਹੈ ਯਾਰ, ਬੜੀ ਰੂਹਾਨੀਅਤ ਵਾਲੀ ਮਜਲਿਸ। ਸਾਲ ਦੀ ਮੇਲੇ 'ਤੇ ਮੇਰੇ ਭਾਈਆਂ ਦੀ ਸਤਰਾਂ ਨਾਲ ਸਤਰਾਂ ਪੜਦਾ ਨਾ। ਬੀਬੀ ਅਦੀ ਆਲੀ ਮੇਰਾ ਕੋਈ ਨਹੀਂ, ਬੀਬੀ ਅਦੀ ਆਲੀ ਮੇਰੇ ਦਰਵਾਜ਼ੇ 'ਤੇ ਇਤਨਾ ਉੱਚੀ ਬੋਲੇ ਮੇਰੀ ਆਲੀਆ ਡਰ ਗਈ। ਸ਼ਾਬਾਸ਼, ਅੱਲਾ ਕਰੇ ਮੈਂ ਆਦਾ ਤੈਨੂੰ ਇਹ ਜ਼ਿਕਰ ਮਾਸ਼ਰ ਤਾਈਂ ਨਸੀਬ ਹੋਵੇ, ਜ਼ਿਕਰ ਸੁਣਦਾ ਰਹਵੇਂ ਮੁਹੰਮਦ ਦੀ ਧੀ ਦੇ ਦੁੱਖਾਂ 'ਤੇ ਖੜੇ ਬੈਠੇ ਦੀਵਾਰ ਤੱਕ ਅਜ਼ਾਦਾਰੋ। ਬਜ਼ੁਰਗੋ, ਜਵਾਨੋ, ਬੱਚਿਓ, ਮੇਰੇ ਭਾਈਓ, ਮਾਤਮੀਓ, ਇਹ ਜ਼ਿਕਰ ਮਾਸ਼ਰ ਤਾਈਂ ਨਸੀਬ ਹੋਵੇ। ਇਹ ਜੁਮਲੇ ਦੇ ਮੇਰੇ ਨਾਲ ਸਫ਼ਰ ਕਰੇਗਾ ਤਾਂ ਸ਼ਾਇਦ ਤੇਰੀ ਹਾਏ ਇਤਨੀ ਉੱਚੀ ਹੋਵੇ ਬੀਬੀ ਰਾਜ਼ੀ ਹੋ ਕੇ ਜਾਵੇ। ਬੀਬੀ ਅਦੀ ਆਲੀ, ਹਾਏ ਸਹੀ ਅਧਿਆ ਦੇ ਦੁਆ ਔਰ ਮੰਗ, ਇੱਥੇ ਵੀ ਰੋਵੀਏ ਤੇ ਕਬਰ ਚੀ ਬਤੂਲ ਨੂੰ ਰੋਵੀਏ। ਨਹੀਂ ਸਮਝ ਆਈ ਤੇ ਜੁਮਲਾ ਬਦਲ ਕੇ ਆਖਾਂ, ਸ਼ਾਲਾ ਮੁਹੰਮਦ ਦੇ ਸਾਹਮਣੇ ਮੁਹੰਮਦ ਦੀ ਧੀ ਨੂੰ ਰੋਵੇ। ਨਬੀ ਨੂੰ ਆਖੇ ਤੇਰੀ ਧੀ ਦੇ ਦੁੱਖਾਂ ਦੇ ਬੜੇ ਅਰਮਾਨ। ਜਿਹੜੇ ਔਲਾਦ ਵਾਲੇ ਬੈਠੇ ਹੋ ਮੈਂ ਜੁਮਲਾ ਇੰਝ ਕਰਕੇ ਆਖਾਂ, ਜਿਹੜੇ ਮਾਤਮੀ ਹੋ ਮੇਰਾ ਸਾਥ ਦੇਣਾ, ਚਿੱਟੀ ਦਾੜੀ ਵਾਲੇ ਬਜ਼ੁਰਗੋ, ਸਵਾਲ ਤੁਹਾਡੇ 'ਤੇ ਸਵਾਲ। ਬਾਬਾ ਜੀ ਇਹ ਕਰਨਾ ਚਾਹੁੰਦਾ, ਅੱਲਾ ਨਾ ਕਰੇ ਕਿਸੇ ਧੀ ਦਾ ਪਿਉ ਟੁਰ ਜਾਏ। ਧੀ ਨੂੰ ਇਤਲਾਹ ਮਿਲਦੀ ਹੈ ਤੇਰੇ ਬਾਬੇ ਦੀ ਤਬੀਅਤ ਠੀਕ ਨਹੀਂ, ਉਹ ਧੀ ਹੈ ਭਾਈ ਜਾਨ ਉਹ ਸਮਝ ਜਾਂਦੀ ਹੈ। ਜਦੋਂ ਧੀ ਪਹੁੰਚੇ ਗੱਲੀ 'ਚ ਰਸ ਵੇਦੀ ਹੈ, ਉਹਨੂੰ ਪਤਾ ਲੱਗ ਜਾਂਦਾ ਮਾਣ ਮੁੱਕ ਗਏ। ਬੰਦੇ ਰਸਤਾ ਛੋੜ ਦਿੰਦੇ ਨੇ, ਧੀ ਦਾਖਲ ਹੋਵੇ ਪਿਓ ਦੇ ਮਈਅਤ 'ਤੇ ਬੰਦੀ ਹੈ, ਰਜ ਰਜ ਵੇਣ ਕਰਦੀ ਹੈ, ਕੋਈ ਮਨਾ ਨਹੀਂ ਕਰਦਾ। ਤੂੰ ਹਲਕੇ ਦਾ ਮਾਤਮੀ ਹੈ ਮੈਂ ਤੇਰਾ ਨੌਕਰ ਹਾਂ, ਜਦੋਂ ਧੀ ਦੇ ਵੇਣ ਬੁਲੰਦ ਹੁੰਦੇ ਨੇ, ਜਿਹੜੇ ਬੰਦੇ ਦਰਵਾਜ਼ੇ ਤੋਂ ਬਾਹਰ ਖੜੇ ਹੁੰਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਹੁਣ ਜਨਾਜ਼ਾ ਚਾਲੀਆ ਨੇ, ਹੁਣ ਧੀ ਦੇ ਵੇਣ ਬੁਲੰਦ ਹੋ ਗਏ ਨਾ। ਵਾਰਸ ਦਫਨਾਉਣ ਵੇਂਦੇ ਧੀ ਦਰਵਾਜ਼ੇ 'ਤੇ ਖੜ ਵੇਂਦੀ ਹੈ, ਵਾਰਸ ਦਫਨਾਓ ਕੇਵਲ ਦਿਲ ਧੀ ਪਹਿਲਾਂ ਸਵਾਲ ਕਰਦੀ ਹੈ, ਦੱਸੋ ਮੇਰੇ ਬਾਬੇ ਦੇ ਜਨਾਜ਼ੇ 'ਚ ਰਸ਼ ਕਿਤਨਾ। ਅਲੀ ਵਾਪਸ ਵੱਲੇ ਬਤੂਲ ਦਰਵਾਜ਼ੇ 'ਤੇ ਆਈਏ, ਬੀਬੀ ਅਦੀ ਆਲੀ ਪੁੱਛਦੀ ਉਹ ਕੋਜਾ ਕਿਤਨੇ ਲੋਕ ਆਏ, ਮਿੱਟੀ 'ਤੇ ਬਹਿ ਕੇ ਅਲੀ ਆ ਦਿਨ ਬਤੂਲ ਕੋਈ ਨਹੀਂ ਆਇਆ, ਮਿੱਟੀ 'ਤੇ ਜਲ ਪਈ ਆਦੀ ਹੈ ਪੱਕ ਲੱਗ ਗਏ ਮੇਰੇ ਪੇਕੇ ਮੁੱਕ ਗਏ। ਸ਼ਾਬਾਸ਼ 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 ਸ਼ਾਬਾਸ਼।
ਬੀਬੀ ਆਦੀ ਇੱਥੇ ਮੇਰੀ ਸੈਣ ਫਰਮਾਇਆ, ਯਾ ਅਲੀ ਜਿਹੜੇ ਮੇਰੇ ਬਾਬੇ ਦੇ ਜਨਾਜ਼ੇ 'ਚ ਨਹੀਂ ਆਏ, ਯਾ ਅਲੀ ਮੇਰੇ ਜਨਾਜ਼ੇ 'ਚ ਨਾ ਆਵਣ। ਬੀਬੀ ਆਦੀ ਯਾ ਅਲੀ ਮੇਰੇ ਮਾਣ ਮੁੱਕ ਗਏ। ਮੇਰਾ ਜੁਮਲਾ ਨਹੀਂ ਜਿੰਦਾ ਜੁਮਲਾ, ਉਹਨਾਂ ਦਾ ਨਾਂ ਲੈਣਾ ਬਾਬਾ ਨਜ਼ਮ ਸ਼ਾਹ ਜੀ ਨੋਤਕਲ ਸਿਆਲਕੋਟ ਪੇਪੜਦਮ, ਉਹਨਾਂ ਮੇਰੇ ਬਾਅਦ ਪੜ੍ਹਨਾ। ਇਹੋ ਜੁਮਲੇ ਬਾਨੀਆਂ ਦਾ ਹੁਕਮ ਆਈ ਗੋਂਦਲ ਸਾਹਿਬ ਦੀ ਮਜਲੇ ਸਹੀ। ਮੈਨੂੰ ਬਾਬੇ ਨੇ ਆਖਿਆ, ਇਮਰਾਨ ਭਾਈ ਇੱਕ ਬਾਤ ਸੁਣੋ, ਅਗਰ ਆਖੋ ਤਾਂ ਇੱਕ ਜੁਮਲਾ ਤੁਹਾਨੂੰ ਦੱਸਾਂ ਮੈਂ। ਕਿ ਦੱਸੋ, ਬੀਬੀ ਦੀ ਵਸੀਅਤ ਪੇਪੜਦਮ, ਦੁੱਖ ਪੇਪੜਦਮ ਬੀਬੀ। ਲੇਕਿਨ ਉਸ ਜੁਮਲੇ ਦੇ ਬਾਅਦ ਸਈਅਦ ਨਾ ਆਪਣੀ ਹਿੰਮਤ ਰਹੀ ਨਾ ਮਾਤਮੀਅਤ। ਜੁਮਲਾ ਉਹ ਬੰਦਾ ਸਮਝਦਾ ਬੜਾ ਘੱਟ ਮੈਂ ਜੁਮਲਾ ਤਾਂ ਐਵੇਂ ਸਾਹਮਣੇ ਆ ਗਿਆ, ਐਡੀ ਸੋਹਣੀ ਹਾਏ ਕਰਦੇ ਉਹਨਾਂ ਅਤੇ ਦਿਲ ਲੱਗਦਾ ਵੀ ਕੋਈ ਲੁਕਾਵਾਂ ਨਾ ਮੁਹੰਮਦ ਦੀ ਧੀ ਦੇ ਦੁੱਖਾਂ 'ਚ। ਲੇਕਿਨ ਫਿਰ ਮਾਤਮੀ ਬਰਦਾਸ਼ਤ ਨਹੀਂ ਕਰਦੇ ਅਤੇ ਦਿਲ ਡਰ ਜਾਂਦਾ। ਲੇਕਿਨ ਇਹ ਜੁਮਲਾ ਸਮਝੀ, ਬੀਬੀ ਅਦੀ ਆਲੀ ਮੇਰੇ ਵਿਹੜੇ 'ਚ ਆਏ, ਬੀਬੀ ਅਦੀ ਆਲੀ ਮਰੇਂਦੇ ਮੈਨੂੰ ਅਨਵੇਦੇ ਮੇਰੀ ਧੀ ਦੀ ਚਾਦਰ ਨੂੰ ਆਰਾ। ਮੈਂ ਆਦੀ ਰਹੀਆਂ ਹਯਾ ਕਰੋ, ਉਹਨੂੰ ਟੁਰਨ ਦਾ ਵੱਲ ਨਹੀਂ ਆਉਂਦਾ। ਉਹ ਕੁਰਾਨ ਲੁਕ ਲੁਕ ਪੜਦੀ ਗਈ, ਬਾਬਾ ਮੇਰੀ ਆਵਾਜ਼ ਨਾ ਸੁਣ। ਕਿਆ ਬਾਤ ਯਾਰ ਤੁਹਾਡੀ, ਕਿਆ ਬਾਤ ਯਾਰ ਤੁਹਾਡੀ, ਕਿਆ ਬਾਤ ਯਾਰ ਤੁਹਾਡੀ। ਇਹ ਮਜਲਿਸ ਮਾਰਨ ਮਕਸਦ ਨਹੀਂ ਹੈ ਲਾਲਾ ਜੀ, 45-48 ਮਿੰਟ ਦੀ ਨੌਕਰੀ ਮੇਰੀ ਭੁੱਲ ਜਾਣਾ ਤੁਹਾਡੀ ਮਰਜ਼ੀ। ਇਹ ਮੇਰੀਆਂ ਆਖਰੀ 2 ਸਤਰਾਂ ਨਾ ਸਮਝਣ ਭੁੱਲਣਾ। ਮੈਂ ਇਹ ਵਹਿਣ ਪੜ੍ਹਨ ਲੱਗਾ ਜਿਹੜਾ ਤੁਸੀਂ ਹੁਕਮ ਦਿੱਤਾ ਹੈ। ਮੇਰਾ ਇੱਕ ਸਿਰਫ ਸਵਾਲ ਹੈ, ਮਾਂ ਦਾ ਔਖਾ ਟਾਈਮ ਹੋਵੇ, ਮਾਂ ਚਾਹੁੰਦੀ ਹੈ ਔਲਾਦ ਦੂਰ ਜਾਵੇ? ਆਖਰੀ ਟਾਈਮ ਵਿੱਚ ਮਾਂ ਨਹੀਂ ਚਾਹੁੰਦੀ ਮੇਰੇ ਪੁੱਤਰ ਦੂਰ ਜਾਣ, ਬਲਕਿ ਔਲਾਦ ਦੂਰ ਹੋਵੇ ਤਾਂ ਮਾਂ ਆਦੀ ਹੈ ਮੇਰੇ ਸਾਹ ਪੇ ਮੁੱਕਦੇ, ਜਲਦੀ ਆ ਜਾਓ। ਮਾਂ ਦਾ ਆਖਰੀ ਵੇਲੇ, ਬੀਬੀ ਆਦੀ ਵੰਜੋ ਮੇਰੇ ਲਾਲ, ਨਾਨੇ ਦੇ ਰੋਜ਼ੇ 'ਤੇ ਜਾ ਕੇ ਦੱਸੋ, ਨਾਨਾ ਸਾਡੀ ਮਾਂ ਮੁੱਕ ਗਈ ਹੈ। ਨਹੀਂ ਸਮਝ ਆਈ? ਮੈਂ ਕਦੇ ਨਹੀਂ ਆਖਿਆ ਜੋ ਬੀਬੀ ਆਖਿਆ ਹੋਵੇ, ਇਹ ਹਰ ਕਿਸੇ ਦਾ ਆਪਣਾ ਮਿਜ਼ਾਜ ਹੈ। ਮੈਂ ਆਪਣੀ ਮਿਜ਼ਾਜ ਦੀ ਗੱਲ ਕਰਾਂ, ਮੈਂ ਨਹੀਂ ਮੰਨਦਾ ਸਦੀਕਤੁਲ ਕੁਬਰਾ ਬੀਬੀ ਹੈ। ਜੋ ਬੀਬੀ ਆਖਿਆ ਹੋਵੇ, ਜਾਓ ਨਾਨੇ ਨੂੰ ਆਖੋ ਅੰਮਾ ਬਿਮਾਰ ਹੈ। ਦੋਵੇਂ ਸ਼ਹਿਜ਼ਾਦੇ ਤੁਰ ਪਏ, ਮੈਨੂੰ ਵੇਖਣਾ ਵਕਤ ਦੇ ਇਮਾਮ ਤੁਰ ਪਏ। ਦੋਵੇਂ ਸ਼ਹਿਜ਼ਾਦੇ ਤੁਰ ਪਏ, ਸਿਲਾ ਕੇ ਲਿਓ ਇੱਕ ਛਾਂ ਅਤੇ ਇੱਕ ਧੁੱਪ 'ਤੇ। ਜਿਹੜਾ ਛਾਂ 'ਤੇ ਪਿਟਰਦੇ ਉਹ ਅਮੀਰ ਹੈ, ਜਿਹੜਾ ਧੁੱਪ 'ਤੇ ਪਿਟਰਦੇ ਉਹ ਗਰੀਬ ਹੈ। ਨਾਨੇ ਦੇ ਰੋਜ਼ੇ 'ਤੇ ਆਏ ਹਸਨ ਮੌਲਾ ਸਰਾਂਦੀ, ਹੁਸੈਨ ਮੌਲਾ ਪਵਾਂਦੀ। ਹਸਨ ਮੌਲਾ ਆਖਿਆ, ਨਾਨਾ ਅਸਾਂ ਦੁੱਖ ਦੱਸਣ ਆਇਆ। ਹੁਸੈਨ ਦੇ ਨਾਨਾ ਤਰੇ ਵਾਰੀ ਹਸਨ ਬੁਲਾਏ, ਤੂੰ ਜੋ ਨਹੀਂ ਬੁਲੇਂਦਾ। ਅਦੇ ਨਾਨਾ ਮੈਂ ਕਰਬਲਾ ਦਾ ਗਰੀਬ ਹਾਂ, ਅਦੇ ਨਾਨਾ ਜੋ ਨਹੀਂ ਬੁਲੇਂਦਾ। ਮੈਂ ਕੋਈ ਚੋਖਾ ਰਾਣਾ ਤੇਰੇ ਸ਼ਹਿਰ ਜਾ, ਅਦੇ ਨਾਨਾ ਤੁਹਾਨੂੰ ਯਾਦ ਹੋ ਸੀ ਈਦ ਦਾ ਦਿਹਾੜਾ, ਤੁਸੀਂ ਸਾਨੂੰ ਦੋਵਾਂ ਫਿਰਾਵਾਂ ਨੂੰ ਮੋਢਿਆਂ 'ਤੇ ਬਿਠਾਇਆ। ਇਸ ਪਾਸੇ ਵਾਲੀਆਂ ਜ਼ੁਲਫਾਂ ਹਸਨ ਦੇ ਹੱਥ ਹੀ ਦਿੱਤੀਆਂ, ਇਸ ਪਾਸੇ ਵਾਲੀਆਂ ਜ਼ੁਲਫਾਂ ਮੇਰੇ ਹੱਥ ਹੀ ਦਿੱਤੀਆਂ। ਅਸਾਂ ਆਖਿਆ, ਨਾਨਾ ਆਖਣਾ ਕਿ ਜਾਂਦੇ ਹੋ? ਕਈ ਕਈ ਵਾਰੀ ਸਾਡਾ ਮੂੰਹ ਚੁੰਮ ਕੇ ਤੁਸੀਂ ਫਰਮਾਇਆ, ਮਦੀਨਾ ਸਾਡਾ ਅਸਾਂ ਸਰਦਾਰ ਹਾਂ, ਮਦੀਨਾ ਸਾਡਾ ਅਸਾਂ ਸਰਦਾਰ ਹਾਂ, ਮਦੀਨਾ ਸਾਡਾ ਅਸਾਂ ਸਰਦਾਰ ਹਾਂ। ਕਬਰ 'ਤੇ ਜਾਣ ਪਿਆ ਹੁਸੈਨ ਤੇ ਰੋ ਕੇ ਪਿਆ ਦਏ, ਮੈਨੂੰ ਦੱਸ ਸੁਲਤਾਨ ਨਬੀਆਂ ਦਾ, ਤੇ ਜ਼ਰਾ ਕਬਰ 'ਚੋਂ ਬਾਹਰ ਆ ਕੇ ਕਿਉਂ ਮਾਰਿਆ ਹੈ? ਤੇਰੇ ਉਮਤੀਆਂ ਨੇ ਮੇਰੀ ਮਾਂ ਨੂੰ ਘਰ ਵਿੱਚ। ਹੁਣ ਸੁਣਾ ਦਿੰਦੇ ਹਾਂ ਯਾਰ, ਮਾਤਮ ਕਰਦਾ ਮਾਤਮ ਕਰਦਾ। ਜੀ ਬਾਬਾ ਜੀ ਬਾਬਾ, ਪਿਓ ਦੀ ਕਬਰ 'ਤੇ ਆਈਏ, ਹੱਕਲ ਮਾਰ ਕੇ ਪਿਆ ਦੀਏ, ਬਾਬਾ ਕਬਰ 'ਚੋਂ ਬਾਹਰ ਆ ਮੈਂ ਲੁੱਟੀ ਗਈ ਆ। ਨਬੀ ਦੀ ਆਵਾਜ਼ ਆਉਂਦੀ, ਰੋਂਦੀ ਕਿਉਂ ਹੈ? ਰੋ ਕੇ ਪਿਆ ਦੀ ਆਏ ਤਾਂ ਵਾਲੇ ਦਰ ਕੋ, ਬਾਬਾ ਉਮਤੀਆਂ ਨੇ ਸਾੜੇ, ਬਾਬਾ ਤੇਰੀ ਧੀ ਨੂੰ ਤੇਰੇ ਨੌਕਰਾਂ ਨੇ ਮਾਰ। ਰੋਵਣ ਦੇ ਜੀ ਬਾਬਾ ਜੀ ਬਾਬਾ ਜੀ ਬਾਬਾ, ਰੋ ਕੇ ਪਿਆ ਦੀ ਆਏ ਤਾਂ ਵਾਲੇ ਦਰ ਕੋ, ਬਾਬ ਜੀ ਬਾਬਾ ਨੌਕਰਾਂ ਨੌਕਰਾਂ। ਸਈਅਦ ਇਸ ਤੋਂ ਵੱਡੀ ਕਸਮ ਨਹੀਂ, ਇਸ ਤੋਂ ਵੱਡੀ ਕਸਮ ਨਹੀਂ ਬਾਦਸ਼ਾਹ ਦੀ ਅੱਜ ਮਜਲਿਸ ਹੈ। ਮੈਂ ਜਿੱਥੇ ਵਹਿਣ ਪੜਿਆ ਫਿਰ ਤੜਪਦੇ ਵੇਖਣ ਮਾਤਮੀ, ਇਮਾਮ ਹੁਸੈਨ ਅਲੈ ਸਲਾਮ ਦੀ ਕਸਮ ਇਸ ਤੋਂ ਵੱਡੀ ਕਸਮ ਨਹੀਂ। ਅੱਜ ਅਸੀਂ ਸਾਹਮਣੇ ਆ ਗਿਆ ਵਹਿਣ 'ਤੇ ਮੈਂ ਪੜ੍ਹਨ ਲੱਗਾ। ਮਿਸਾਲ ਦੇਣਾ ਵਹਿਣ ਸਮਝ ਆਵੇ, ਮੈਂ ਗੱਡੀ ਤੋਂ ਲਾਵਾਂ, ਮੈਨੂੰ ਭਾਈ ਮਿਲਣ, ਮਿਸਾਲ ਦੇ ਰਿਹਾ, ਜਾਂ ਇਹਨਾਂ ਦਾ ਬੇਟਾ ਮਿਲੇ, ਜਾਂ ਇਹਨਾਂ ਦਾ ਕੋਈ ਭਰਾ ਮਿਲੇ, ਤੋ ਆਖੇ ਤੁਹਾਡੇ ਬਾਨੀ ਮਜਲਿਸ ਦਾ ਤਲਕ ਵੀ ਬੜਾ ਹੋਵੇ, ਅਤੇ ਆਖੇ ਤੁਹਾਡੇ ਬਾਨੀ ਮਜਲਿਸ ਦਾ ਮੈਂ ਭਾਈ ਹਾਂ, ਅਤੇ ਮੈਂ ਆਖਾਂ ਭਾਈ ਮੈਂ ਤੈਨੂੰ ਨਹੀਂ ਜਾਣਦਾ, ਫੌਰਨ ਤੁਰੇਗਾ ਇਹਨਾਂ ਕੋਲ ਆ ਕੇ ਆਖੇਗਾ
ਭਾਈ ਤੁਸੀਂ ਤੇ ਆਦੇ ਹੋ ਇਮਰਾਨ ਕਾਜ਼ਮੀ ਨਾਲ ਸਾਡਾ ਤਾਲੁਕ ਹੈ, ਉਹ ਆਦੇ ਮੈਂ ਤੁਹਾਨੂੰ ਜਾਣਦਾ ਨਹੀਂ, ਇਹ ਆਖਣਗੇ ਉਹਨੂੰ ਮੇਰਾ ਨਾਂ ਦੱਸਿਆ, ਉਹ ਆਖੇਗਾ ਭਾਈ ਮੈਂ ਨਾਂ ਲਿਆ, ਉਹ ਆਦੇ ਮੈਂ ਫਿਰ ਵੀ ਨਹੀਂ ਜਾਣਦਾ, ਪਿਓ ਦੀ ਕਬਰ ਤੇ ਬਹਿ ਗਈ, ਆਦੀ ਬਾਬਾ ਮੈਂ ਦਰਬਾਰ ਗਈਆਂ, ਬਾਬਾ ਲੋਕ ਬੈਠੇ ਰਹੇ ਮੈਂ ਖੜੀ ਰਹੀ ਆ, ਨਬੀ ਫਰਮਾਇਆ ਤੂੰ ਦੱਸਿਆ ਤੂੰ ਕਹਿੰਦੀ ਧੀ ਹੈ, ਰੋ ਕੇ ਪਿਆ ਦੀ ਧੀ ਹਾਂ ਮੁਸਤਫਾ ਦੀ, ਬਾਬਾ ਮੈਂ ਜਡਾ ਦੱਸਾ ਹਾਏ ਆਦੇ ਹਨ ਉਹ ਕੌਣ ਹੈ ਤੇ ਨਾ ਇਹ ਕਹਿਦ, ਹੱਥ ਨਾਲ ਤੇ ਮਾਤਮ ਨਹੀਂ ਕਰ ਸਕਿਆ ਜੀ ਬਾਬਾ, ਹਰ ਬੰਦਾ ਸਿਰ ਤੇ ਪੁਰਸਾ ਦੇਵੇ ਹਰ ਬੰਦਾ ਮਾਤਮ ਕਰੇ ਜੀ ਬਾਬਾ, ਨਬੀ ਦੀ ਆਵਾਜ਼ ਆਉਂਦੀ ਰੋਂਦੀ ਕਿਉਂ ਹੈ ਕਬਰ ਤੇ ਜਾਣ ਪਈ ਹੈ, ਰੋ ਕੇ ਵੀ ਅਦੀ ਬਾਬਾ ਤਾਈ ਉਹ ਚਿਹਰਾ ਨਹੀਂ ਮੈਂ ਪੁੱਤਰਾਂ ਨੂੰ ਵਿਖਾਣੀ, ਚਿਹਰੇ ਤੇ ਤਮਾਚਿਆ ਦੇ ਦਾਗ ਮੈਂ ਲੁਕਾ, ਅਦੀ ਬਾਬਾ ਮੇਰੇ ਮੂੰਹ ਤੇ ਮਰ